ਸਾਲ ਭਰਾਵੋ, ਨਰਮੇ ਦੇ ਵਿੱਚ ਹਰ ਸਾਲ ਕੋਈ ਨਾ ਕੋਈ ਮੁਸ਼ਕਲ ਵੱਧ ਚੜ੍ਹ ਕੇ ਆਉਂਦੀ ਹੈਗੀ ਹੈ। ਅਤੇ ਇੱਕ ਪਿਛਲੇ ਸਾਲਾਂ ਦੇ ਵਿੱਚ ਮੁਸ਼ਕਲ ਆਈ ਸੀਗੀ ਮਿੱਲੀ ਬੱਗ ਦੀ, ਅਤੇ ਉਸ ਦੇ ਉੱਤੇ ਕੋਈ ਵੀ ਸਪਰੇਅ, ਚਾਹੇ ਤੁਸੀਂ ਲਾਲ ਟਰੈਂਗਲ ਵਾਲੀ ਕਰਦੇ ਹੋ, ਚਾਹੇ ਬਲੂ ਟਰੈਂਗਲ, ਚਾਹੇ ਯੈਲੋ ਟਰੈਂਗਲ, ਤਾਂ ਉਸ 'ਤੇ ਕੰਮ ਨਹੀਂ ਕਰਦੀ ਹੈਗੀ। ਪਰ ਹਮੇਸ਼ਾ ਇਹ ਦੱਸਿਆ ਜਾਂਦਾ ਹੈਗਾ ਕਿ ਤੁਸੀਂ ਖੇਤ ਦੇ ਆਸੇ ਪਾਸੇ ਸਫਾਈ ਰੱਖੋ ਜਾਂ ਕੁਛ ਵੀ, ਪਰ ਫਿਰ ਵੀ ਕੋਈ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਜਿਹੜੀ ਨੌਨ ਬੀ ਟੀ ਮਿਕਸ ਪਲਾਂਟ ਹੈਗੇ ਆ ਉਹਨਾਂ ਨੂੰ ਜਿਹੜੀ ਮਿੱਲੀ ਬੱਗ ਆ ਕੋਈ ਥੋੜ੍ਹੀ ਮਾਤਰਾ ਦੇ ਵਿੱਚ ਆ ਸਕਦੀ ਹੈ। ਅਗਰ 10,000 ਬੂਟਾ ਤੁਹਾਡੇ ਖੇਤ ਦੇ ਵਿੱਚ ਲੱਗਿਆ ਹੋਇਆ ਤਾਂ ਕੋਈ ਉਸ ਦੇ ਵਿੱਚ ਲਗਭਗ 15-20 ਬੂਟੇ ਤੁਹਾਨੂੰ ਦਿਖਾਈ ਦੇ ਸਕਦੇ ਆ। ਜਿੱਥੇ ਕੋਈ ਵੀ ਖੁਸ਼ਕ ਪਲਾਂਟ ਲੱਗਿਆ ਹੋਇਆ, ਅਗਰ ਕਿੱਕਰ ਲੱਗਿਆ ਹੋਇਆ ਨੇੜੇ ਜਾਂ ਉਸਦੇ ਨੇੜੇ ਕੋਈ ਜੰਡ ਲੱਗੀ ਹੋਈ ਹੈ ਜਾਂ ਡੇਕਾਂ, ਤਾਂ ਉੱਥੇ ਇਹ ਬਿਮਾਰੀ ਤੁਹਾਨੂੰ ਦਿਖਾਈ ਜਾਂਦੇ ਦੇ ਜਾਂਦੀ ਹੈ, ਤੁਸੀਂ ਬਹੁਤ ਜ਼ਿਆਦਾ ਘਬਰਾ ਜਾਂਦੇ ਹੋ। ਜਾਂ ਅਗਰ ਤੁਹਾਨੂੰ ਗਰੁੱਪ ਕਾਫੀ ਬੂਟਿਆਂ ਦਾ ਇਕੱਠਾ ਮਿਲਦਾ ਹੈਗਾ ਤਾਂ ਤੁਸੀਂ ਫਿਰ ਵੀ ਘਬਰਾ ਜਾਂਦੇ ਹੋ। ਕਾਫੀ ਫਾਰਮਰ ਬੁਪਰੋਫੈਜਨ ਦੀ ਸਪਰੇਅ ਕਰਦੇ ਆ ਜਾਂ ਮੋਨੋ ਦੀ ਸਪਰੇਅ ਕਰਦੇ ਜਾਂ ਲੈਮਡਾ ਦੀ, ਅਸਲ ਦੇ ਵਿੱਚ ਇਹਦੋਂ ਘਬਰਾਉਣ ਦੀ ਲੋੜ ਹੀ ਨਹੀਂ ਹੈਗੀ। ਅਗਰ ਤੁਸੀਂ ਮਿੱਟੀ ਦੇ ਵਿੱਚੋਂ 3 ਫੁੱਟ ਡੂੰਘੀ, ਠੀਕ ਹੈ, ਟੌਪ ਸੋਇਲ ਅਤੇ ਸਬ ਸੋਇਲ 30 ਕਿਲੋ ਮਿੱਟੀ ਕੱਢ ਲੈਂਦੇ ਹੋ ਬੋਕੀ ਦੇ ਨਾਲ, ਉਹਨੂੰ 200 ਲੀਟਰ ਪਾਣੀ ਵਿੱਚ ਤੁਸੀਂ ਘੋਲ ਲੈਣਾ ਹੈਗਾ। 1 ਘੰਟੇ ਦੀ ਉਹਨੂੰ ਘੋਲਣ ਤੋਂ ਬਾਅਦ ਥੱਲੇ ਬੈਠਣ ਲਈ ਰੱਖ ਦੇਣਾ ਹੈਗਾ। ਉਹਦਾ ਨਿਤਰਿਆ ਹੋਇਆ ਪਾਣੀ ਤੁਸੀਂ ਕੱਢ ਲਵੋ, ਉਹਦੇ ਵਿੱਚ ਕੁਝ ਵੀ ਮਿਕਸ ਨਾ ਕਰੋ। ਇਕੱਲੇ ਇਸ ਬੂਟੇ ਨੂੰ ਤੁਸੀਂ ਨੀਚੇ ਤੋਂ ਤਾਂ ਨੂੰ ਸਪਰੇਅ ਕਰ ਦਿਓ, ਅਤੇ ਇੱਕ ਵਾਰੀ ਤਾਂ ਤੋਂ ਥੱਲੇ ਨੂੰ ਸਪਰੇਅ ਕਰ ਦਿਓ ਤਾਂ ਕਿ ਬੂਟੇ ਦੇ ਸਾਰੇ ਹਿੱਸਿਆਂ ਦੇ ਵਿੱਚ ਸਪਰੇਅ ਚਲੀ ਜਾਵੇ। ਅਤੇ ਤੁਹਾਡੀ ਇਹ 72 ਘੰਟਿਆਂ ਦੇ ਵਿੱਚ ਜਿੰਨੀ ਵੀ ਇਸ 'ਤੇ ਲੱਗੀ ਹੋਈ ਆ ਮਿੱਲੀ ਬੱਗ, ਤਾਂ ਇਹ 80% ਕੰਟਰੋਲ 'ਚ ਆ ਜੂਗੀ ਅਤੇ ਇਹਦੀ ਗਰੋਥ ਰੁਕ ਜੂਗੀ ਅਤੇ ਬੂਟੇ ਨੂੰ ਕੋਈ ਨੁਕਸਾਨ ਨਹੀਂ ਦੇਣਾ। ਵੈਸੇ ਵੀ ਇਹ ਜਦੋਂ ਸਾਰੀ ਫਸਲ ਦੇ ਵਿੱਚ ਆਉਂਦੀ ਆ ਤਾਂ ਤੁਸੀਂ ਕੋਈ ਵੀ ਛੱਟੇ ਦੇ ਨਾਲ ਸਪਰੇ ਜਾਂ ਤੁਸੀਂ ਕੋਈ ਵੀ ਵੈਸੇ ਨੋਰਮਲ ਸਪਰੇ ਦੇ ਨਾਲ ਇਹਨੂੰ ਕੰਟਰੋਲ ਹੀ ਨਹੀਂ ਕਰ ਸਕਦੇ, ਭਾਵੇਂ ਬਾਇਓ ਦੀਆਂ ਸਪਰੇਆਂ ਹੈਗੀਆਂ। ਹਾਂ, ਅਗਰ ਤੁਹਾਡੇ ਖੇਤ ਦੇ ਵਿੱਚ ਕੋਈ 1-2 ਪਲਾਂਟ ਹੈਗੇ ਤਾਂ ਘਬਰਾਉਣ ਦੀ ਲੋੜ ਨਹੀਂ। ਅਗਰ 15-20 ਪਲਾਂਟ ਆ ਤਾਂ ਤੁਸੀਂ ਇਹ ਵਾਲਾ ਫਾਰਮੂਲਾ ਵਰਤ ਸਕਦੇ ਹੋ। ਕੰਟੀਨਿਊਸਲੀ ਤੁਹਾਡੀਆਂ ਸਪਰੇਹਾਂ ਦੇ ਵਿੱਚ ਨੌਨ ਆਇਨਿਕ ਸਪਰੈਡਰ ਅਤੇ ਨੀਮ ਓਇਲ ਸਪਰੇ ਵਧੀਆ ਜਾਂਦੀ ਰਹਿੰਦੀ ਹੈਗੀ ਆ, ਤਾਂ ਇਹਦੀ ਗਰੋਥ ਕਾਫੀ ਜ਼ਿਆਦਾ ਹੱਦ ਤੱਕ ਇਫੈਕਟ ਹੋ ਜਾਂਦੀ ਹੈ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਪੈਂਦੀ ਹੈਗੀ। ਨਰਮੇ ਦੇ ਵਿੱਚ ਜਦੋਂ ਇੱਕ ਵਾਰ ਪਲਾਂਟ ਫਰੂਟਿੰਗ ਲੈ ਲੈਂਦਾ ਹੈਗਾ ਤਾਂ ਤੁਹਾਨੂੰ ਲੋੜ ਹੁੰਦੀ ਆ ਉਹਦਾ ਨਿਊਟ੍ਰੀਸ਼ਨ ਪੂਰਾ ਕਰਨ ਦੀ, ਠੀਕ ਹੈ। ਨਰਮੇ ਦੇ ਵਿੱਚ ਡਰਾਈਨੈਸ ਬਹੁਤ ਜ਼ਿਆਦਾ ਜ਼ਰੂਰੀ ਆ ਅਤੇ ਨਿਊਟ੍ਰੀਸ਼ਨ ਮੇਨਟੇਨੈਂਸ ਬਹੁਤ ਜ਼ਿਆਦਾ ਜ਼ਰੂਰੀ ਆ। ਉਸ ਦੇ ਉੱਤੇ ਖਿਆਲ ਕਰੋ, ਦਲਾਲ ਘੋਲ ਦੀਆਂ ਸਪਰੇਹਾਂ ਕਰੋ, ਐਨ ਪੀ ਕੇ ਕਰ ਸਕਦੇ ਹੋ, ਬੋਰੋਨ ਜਿੰਕ ਸਪਰੇਅ ਤੁਸੀਂ ਫਲਾਵਰ ਆਉਣ ਤੋਂ ਪਹਿਲਾਂ ਅਤੇ ਥੋੜ੍ਹਾ ਜਿਹਾ ਫਲਾਵਰ ਆਉਣ ਦੇ ਉੱਤੇ ਬਾਅਦ ਵੀ ਕਰ ਸਕਦੇ ਹੋ। ਤਾਂ ਮੱਛਰ, ਤੇਲਾ, ਚੇਪਾ, ਜੂੰ, ਇਹਨੂੰ ਕੰਟਰੋਲ ਰੱਖੋ। ਗੁਲਾਬੀ ਸੁੰਡੀ ਦਾ ਪ੍ਰਕੋਪ ਜ਼ਿਆਦਾ ਚੱਲ ਰਿਹਾ ਤਾਂ ਜਿਹੜੀਆਂ ਵਰਾਇਟੀਆਂ ਦੇ ਉੱਤੇ ਗੁਲਾਬੀ ਸੁੰਡੀ ਘੱਟ ਆਵੇਗੀ ਉਹਨਾਂ ਦਾ ਰਿਕਾਰਡ ਵੀ ਆਪਾਂ ਆਪਣੇ ਚੈਨਲ 'ਤੇ ਸ਼ੇਅਰ ਕਰਾਂਗੇ। ਅਤੇ ਫਿਲਹਾਲ ਦੀ ਕੜੀ ਕੋਈ ਵੱਡਾ ਸੋਲਿਊਸ਼ਨ ਅਵੇਲੇਬਲ ਨਹੀਂ ਹੈਗਾ। ਤੋ ਜਿਹੜੀਆਂ ਵੀ ਕਾਫੀ ਪਹਿਲਾਂ ਵੀਡੀਓ ਦੇ ਰਿਗਾਰਡਿੰਗ ਸੰਬੰਧਿਤ ਆਪਾਂ ਪਾਈਆਂ ਹੈਗੀਆਂ ਤਾਂ ਉਹਨਾਂ ਨੂੰ ਦੇਖ ਕੇ ਤੁਸੀਂ ਫਾਇਦਾ ਲਿਆ ਹੋਵੇਗਾ। ਜਿਹੜੇ ਕਿਸਾਨ ਅੱਜ ਕੁਛ ਆਪਣੇ ਖੇਤ ਦੇ ਵਿੱਚ ਇਹਨੂੰ ਕੰਟਰੋਲ ਕਰਨ ਦੇ ਵਿੱਚ ਸਫਲ ਹੋਏ ਆ ਤਾਂ ਉਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਸਤੰਬਰ ਐਂਡ ਅਤੇ ਅਕਤੂਬਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਜਾਵੇਗਾ, ਜਦੋਂ ਉਹਨਾਂ ਦੇ ਹੱਥ ਇਹ ਸਾਰਾ ਫਰੂਟ ਆ ਜਿਹੜਾ ਖਿੜਿਆ ਹੋਇਆ ਉਹਨਾਂ ਦੇ ਹੱਥ ਲੱਗ ਜਾਣਾ ਹੈਗਾ। ਨਰਮੇ ਦੇ ਚੰਗੇ ਰੇਟ ਚੱਲਦੇ ਸੜਕਾਂ, ਇਹਦਾ ਫਿਊਚਰ ਸਿਕਿਓਰ ਹੋ ਸਕਦਾ ਅਗਰ ਇਹਨਾਂ 2-3 ਪ੍ਰੋਬਲਮਾਂ ਦੇ ਉੱਤੇ ਆਪਾਂ ਭਾਰੂ ਪੈ ਜਾਂਦੇ ਹਾਂ।